ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਆਪਾਂ ਲੈ ਕੇ ਆਈ ਹਾਂ ਮੈਂ ਛੋਟੀ ਜਿਹੀ ਵੀਡੀਓ ਫੋਟੋ ਵਾਲੇ ਪੀਸ, ਜਿਹੜੇ ਕਿ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਸੀ, ਸੋਲਡ ਆਊਟ ਹੋ ਗਏ ਸੀਗੇ, ਰਿਪੀਟ ਦੁਬਾਰਾ ਆਪਣੇ ਕੋਲ ਆ ਚੁੱਕੇ ਨੇ। ਇਸ ਲਈ ਜਿਹੜੀਆਂ ਵੀ ਭੈਣਾਂ ਨੇ ਇਹਨਾਂ ਦੇ ਆਰਡਰ ਬੁੱਕ ਕਰਨੇ ਹੋਏ, ਦੋ ਡਿਜ਼ਾਇਨ ਨਿਊ ਐਡ ਆਨ ਹੋ ਚੁੱਕੇ ਆ ਇਹਨਾਂ ਦੇ ਵਿੱਚ, ਹਨਾ। ਤੇ ਤੁਸੀਂ ਹੁਣ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਕਲੈਕਸ਼ਨ ਬਹੁਤ ਸੋਹਣੀ ਆ, ਬਹੁਤ ਸੁਪਰ ਹਿੱਟ ਆ। ਤੇ 1500 ਦੇ ਦੋ ਨੇ ਜੀ ਇਹ ਸੂਟ, 750 ਦਾ ਇੱਕ ਸੂਟ ਆ। ਜਿਹੜੀਆਂ ਵੀ ਭੈਣਾਂ ਨੇ ਇਹਨਾਂ ਦੇ ਆਰਡਰ ਬੁੱਕ ਕਰਨੇ ਆ, ਤੁਸੀਂ ਫਟਾਫਟ ਸਕਰੀਨਸ਼ਾਟ ਲੈ ਲਿਓ ਤੇ ਆਪਣੇ ਆਰਡਰ ਆਹ ਵਾਲੇ ਨੰਬਰ ਤੇ ਤੁਸੀਂ ਆਰਡਰ ਦੇਣੇ ਨੇ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਵਾ, ਤੇ ਇਹਦੇ ਉੱਪਰ ਹੀ ਤੁਸੀਂ ਵਟਸਐਪ ਕਰਨਾ ਵਾ। ਪਲੀਜ਼ ਜਿਹੜਾ ਦੂਸਰਾ ਨੰਬਰ ਆ ਕਈਆਂ ਭੈਣਾਂ ਕੋਲ ਆ, ਤੇ ਉਹਦੇ ਤੇ ਤਾਂ ਤੁਸੀਂ ਪਲੀਜ਼ ਨਾ ਕਰਿਆ ਕਰੋ। ਉਧਰ ਕਈ ਵਾਰੀ ਸਕਿਪ ਹੋ ਜਾਂਦਾ ਵਾ, ਮਤਲਬ ਕਿ ਆਰਡਰ ਚੱਕਣਾ ਦੋ ਨੰਬਰਾਂ ਤੋਂ। ਸੋ ਆਹੀ ਨੰਬਰ ਦੇ ਉੱਪਰ ਹੀ ਤੁਸੀਂ ਆਪਣੇ ਆਰਡਰ ਦੇਣੇ ਨੇ। ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ, ਨਵੀਆਂ ਭੈਣਾਂ ਬਹੁਤ ਆਪਣੇ ਨਾਲ ਜੁੜ ਰਹੀਆਂ ਨੇ, ਹਨਾ, ਤਾਂ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਤੇ ਆਪਣਾ ਜਿਹੜਾ ਮੈਥਡ ਆ ਪੇਮੈਂਟ ਦਾ ਉਹ ਆਨਲਾਈਨ ਹੀ ਆ ਜੀ, ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ। ਆਨਲਾਈਨ ਪੇਮੈਂਟ ਨਾਲ ਦੀ ਨਾਲ ਬੁੱਕ ਕਰ ਲਿਆ ਕਰੋ ਸੂਟ ਪੇਮੈਂਟ ਕਰਕੇ, ਕਿਉਂਕਿ ਜਦ ਤੱਕ ਤੁਸੀਂ ਪੁੱਛਦੇ ਹੋ ਤੇ ਸਭ ਕੁਛ, ਫੈਬਰਿਕ ਵੀ ਤੁਹਾਨੂੰ ਮੈਂ ਵੀਡੀਓ 'ਚ ਦੱਸਿਆ ਹੁੰਦਾ ਵਾ, ਸਾਰਾ ਸੂਟ ਦੀ ਮੈਂ ਤੁਹਾਨੂੰ ਡਿਟੇਲ ਦਿੱਤੀ ਹੁੰਦੀ ਆ, ਫਿਰ ਵੀ ਭੈਣਾਂ ਮੈਸੇਜ ਕਰਕੇ ਪੁੱਛਣਗੀਆਂ ਕੀ ਸਟਾਫ ਆ, ਕਿਹੜਾ ਬੇਸ ਆ ਜੀ, ਕਿਵੇਂ ਆ ਇਹ, ਤੇ ਫਿਰ ਇੰਨੇ 'ਚ ਜਾਨੂੰ ਦੂਜੀ ਭੈਣ ਪੇਮੈਂਟ ਕਰ ਦਿੰਦੀ ਆ ਤੇ ਫਿਰ ਉਹ ਸੂਟ ਸੋਲਡ ਆਊਟ ਹੋ ਜਾਂਦਾ, ਤੇ ਫਿਰ ਭੈਣਾਂ ਕਹਿੰਦੀਆਂ ਤੁਸੀਂ ਸਾਨੂੰ ਅਵੇਲੇਬਲ ਕਿਹਾ ਸੀ, ਤੁਸੀਂ ਹੁਣ ਸਾਨੂੰ ਕਹਿੰਦੇ ਹੋ ਇਹ ਸੋਲਡ ਆਊਟ ਹੋ ਗਿਆ। ਤਾਂ ਮੈਂ ਕਹਿੰਦੀ ਹੁੰਦੀ ਹਾਂ ਪਲੀਜ਼ ਜੇ ਤੁਸੀਂ ਲੈਣਾ ਹੁੰਦਾ ਸੂਟ ਤਾਂ ਨਾਲ ਦੀ ਨਾਲ ਆਪਣੀ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਨੂੰ ਬੁੱਕ ਕਰ ਲਿਆ ਕਰੋ, ਤਾਂ ਕਿ ਸੋਲਡ ਆਊਟ ਨਾ ਹੋਵੇ, ਤੁਹਾਨੂੰ ਸੂਟ ਮਿਲ ਜਾਵੇ। ਲਓ ਜੀ ਦਿਖਾਉਂਦੀ ਹਾਂ ਅੱਜ ਦੇ ਸੂਟ, ਵੀਡੀਓ ਰਹੂਗੀ ਛੋਟੀ ਜਿਹੀ ਅੱਜ ਦੀ ਆਪਣੀ, ਤੇ ਜਿਹੜੀਆਂ ਭੈਣਾਂ ਨੇ ਤਾਂ ਦੇਖੇ ਹੋਏ ਉਹਨਾਂ ਨੂੰ ਤਾਂ ਪਤਾ, ਤੇ ਜਿਨ੍ਹਾਂ ਦੇ ਆਰਡਰ ਪੈਂਡਿੰਗ ਤੇ ਅਸੀਂ ਨਹੀਂ ਮਿਲੇ ਸੀ, ਹੁਣ ਤੁਸੀਂ ਇਹ ਵਾਲੇ ਸੂਟਾਂ ਦੇ ਆਰਡਰ ਦੁਬਾਰਾ ਰਿਪੀਟ ਦੇ ਸਕਦੇ ਹੋ। ਮੋਸਟ ਟ੍ਰੈਂਡਿੰਗ ਡਿਜ਼ਾਈਨ ਆ ਇਹ, ਬਹੁਤ ਸੋਹਣਾ, ਕੋਸ਼ਿਸ਼ ਕਰੂੰਗੀ ਇਹਦੀ ਨਾਲ ਵੀਡੀਓ ਵੀ ਲਾਉਂਗੀ। ਇਸ ਤਰ੍ਹਾਂ ਸਾਰਾ ਬਟਨ ਦਾ ਕੰਮ ਹੋਇਆ ਹੋਇਆ ਸੂਟ ਦੇ ਉੱਪਰ, ਇੱਦਾਂ ਹੈਗੀ ਇਹਦੀ ਸ਼ਰਟ, ਨਾਲ ਇਹਨਾਂ ਦੇ ਜਿਹੜੇ ਦੁਪੱਟੇ ਆਉਣਗੇ ਟਾਈਡਾਈ, ਤੇ ਬੋਟਮ ਦੇ ਉੱਪਰ ਆਊਗਾ ਵਰਕ, ਮਸਲੀਨ ਕਾਟਨ ਦਾ ਇਹ ਫੈਬਰਿਕ ਆ। 750 ਰੁਪਿਆ ਪ੍ਰਾਈਜ਼ ਆ। ਇਸ ਤਰ੍ਹਾਂ ਹੈਗਾ ਇਹਦੇ ਬੋਟਮ ਦੇ ਉੱਪਰ ਸਾਰੇ ਵਰਕ ਹੋਇਆ ਹੋਇਆ, ਬਹੁਤ ਟ੍ਰੈਂਡਿੰਗ ਡਿਜ਼ਾਈਨ ਆ। ਓਰੀਜਨਲ ਪੀਸ ਵੀ ਆਪਾਂ ਇਹਨਾਂ ਦੇ ਸੇਲ ਕੀਤੇ ਆ, ਹੁਣ ਇਹ ਕਾਪੀ ਆ ਉਹਨਾਂ ਪੀਸਾਂ ਦੀ, ਸੈਮੀ ਦੇ ਦੁਪੱਟਿਆਂ ਦੇ ਨਾਲ, ਸੈਮੀ ਦੇ ਦੁਪੱਟੇ ਨੇ, ਸੈਮੀ ਪਿਓਰ ਦੇ ਜਿਹੜੇ ਦੁਪੱਟੇ ਹੁੰਦੇ ਆ ਉੱਦਾਂ ਦੇ ਦੁਪੱਟੇ ਨੇ। ਦੁਪੱਟਿਆਂ ਦੀ ਕੁਆਲਿਟੀ ਵਧੀਆ, ਬਹੁਤ ਸੋਹਣੀ ਆ, ਇਹ ਨਹੀਂ ਹੈਗਾ ਬਿਲਕੁਲ ਹੀ ਮਾੜੇ ਦੁਪੱਟੇ ਨੇ, ਬਹੁਤ ਸੋਹਣੇ ਨੇ। ਬਹੁਤ ਭੈਣਾਂ ਮੰਗਵਾ ਚੁੱਕੀਆਂ ਇਹ ਸੂਟ, ਇਹ 4 ਸਾਈਡ ਇਸ ਤਰ੍ਹਾਂ ਸਾਰੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ, ਸਾਰਾ ਟਾਈਡਾਈ ਦੁਪੱਟਾ ਵਾ, ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ, ਬਹੁਤ ਸੋਹਣੀ ਕਲੈਕਸ਼ਨ ਆ। ਤੇ ਸੈਕਿੰਡ ਸੂਟ ਸੀਗਾ ਇਹ ਵਾਲਾ, ਇਹ ਵੀ ਆਪਾਂ ਡਿਸਕੋਸ ਮਸ਼ੀਨ ਦੇ ਉੱਪਰ ਵੀ ਸੇਲ ਕਰਤਾ, ਔਰਗੈਂਜ਼ਾ ਤੇ ਵੀ ਸੇਲ ਕਰ ਚੁੱਕੇ ਹਾਂ। ਹੁਣ ਇਹ ਉਹਨਾਂ ਦੀ ਕਾਪੀ ਆ ਗਈ ਮਸਲੀਨ ਦੇ ਉੱਪਰ ਹੀ, ਮਸਲੀਨ ਕਾਟਨ ਇਹਨੂੰ ਫੈਬਰਿਕ ਨੂੰ ਕਹਿ ਦਿੰਦੇ ਨੇ। ਹਲੋ, ਇਸ ਤਰ੍ਹਾਂ ਬਟਨਸ ਲੱਗੇ ਹੋਏ ਨੇ ਇਹਦੇ ਵੀ, ਸਾਰਾ ਡਿਜ਼ਾਈਨ ਬਹੁਤ ਹੀ ਸੋਹਣਾ, ਬਹੁਤ ਪਿਆਰਾ ਸਾਰਾ ਡਿਜ਼ਾਈਨ ਆ।
ਇਹਦੀ ਵੀ ਬੋਟਮ ਦੇ ਉੱਪਰ ਸੇਮ ਵਰਕ ਆਊਗਾ। ਬੋਟਮ ਦੇ ਉੱਪਰ ਵਰਕ ਹੈ ਇਹਦੇ ਵੀ, ਤੇ ਨਾਲ ਇਹਦੇ ਵੀ ਦੁਪੱਟਾ ਸਾਰਾ ਮਿਲੂਗਾ 4 ਸਾਈਡ ਲੈਸ ਦੇ ਨਾਲ, ਸਾਰਾ ਟਾਈ ਡਾਈ ਹੋਇਆ ਦੁਪੱਟਾ। ਆ ਲਓ ਜੀ, ਅਗਲਾ ਪੀਸ ਹੈਗਾ ਯੈਲੋ ਕਲਰ ਦੇ ਉੱਪਰ, ਇਹ ਵੀ ਇਹਨਾਂ ਦੇ ਉੱਪਰ ਲੈਸ ਦਾ ਕੰਮ ਹੋਇਆ ਹੋਇਆ, ਵੀ ਸ਼ੇਪ ਗਲਾ, ਇਹ ਵੀ ਰਿਪੀਟ ਦੇ ਉੱਪਰ ਆ। ਇਹ ਆਪਾਂ ਪਹਿਲਾਂ ਵੀ ਸੂਟ ਸੇਲ ਕਰ ਚੁੱਕੇ ਹਾਂ। ਆ ਲਓ ਜੀ, ਵੀ ਸ਼ੇਪ ਗਲਾ ਇਹ, ਨਾਲ ਇਹਦੀ ਵੀ ਬੋਟਮ ਦੇ ਉੱਪਰ ਸੇਮ ਵਰਕ ਆਊਗਾ ਜੀ। ਆ ਲਓ, ਬੋਟਮ ਦੇ ਉੱਪਰ ਵਰਕ ਮਿਲੂਗਾ, ਨਾਲ ਇਹਦਾ ਦੁਪੱਟਾ ਮਿਲੂਗਾ ਜੀ, ਪਲੇਨ ਇਹਦਾ ਦੁਪੱਟਾ ਹੋਊਗਾ। ਬਹੁਤ ਸੋਹਣੀਆਂ ਕਲੈਕਸ਼ਨਾਂ ਨੇ, ਅਤੇ 2 ਡਿਜ਼ਾਈਨ ਨਿਊ ਐਡ ਆਨ ਹੋ ਚੁੱਕੇ ਨੇ, ਇਹ ਵੀ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ ਹਾਂ। ਆ ਲਓ, ਪਹਿਲਾ ਡਿਜ਼ਾਈਨ ਚੈੱਕ ਕਰ ਲਓ, ਬਹੁਤ ਸੋਹਣਾ, ਬਹੁਤ ਹੀ ਪਿਆਰਾ। ਸੇਮ ਡਿਟੋ ਡਿਜ਼ਾਈਨ ਮਿਲੂਗਾ, ਡਿਟੋ ਕਲਰ ਮਿਲੂਗਾ। ਆ ਲਓ, ਅਤੇ ਸੇਮ ਡਿਟੋ ਦੁਪੱਟਾ ਮਿਲੂਗਾ, ਵੀ ਸ਼ੇਪ ਇਸ ਤਰ੍ਹਾਂ ਲੈਸ ਦੇ ਨਾਲ ਸਾਰਾ ਕੰਮ ਹੋਇਆ ਹੋਇਆ, ਸਾਰੇ ਪੱਲੇ ਦੇ ਉੱਪਰ ਵੀ ਲੈਸ ਮਿਲੂਗੀ। ਬਹੁਤ ਸੋਹਣਾ, ਕਲਰ ਵੀ ਬਹੁਤ ਪਿਆਰਾ ਵਾ, ਸੇਮ ਫੋਟੋ ਵਾਲਾ ਪੀਸ ਆ, ਨਾਲ ਸੇਮ ਬੋਟਮ ਦੇ ਉੱਪਰ ਵਰਕ ਆਊਗਾ, ਅਤੇ ਨਾਲ ਇਹਨਾਂ ਦੇ ਦੁਪੱਟੇ ਵੀ ਰਹਿਣਗੇ ਸੇਮ ਜਿਵੇਂ ਕਿ ਉਹਦੇ ਫੋਟੋ ਦੇ ਉੱਪਰ ਤੁਹਾਨੂੰ ਦਿਖਾਏ ਗਏ ਨੇ, ਸੇਮ ਦੁਪੱਟੇ ਨੇ। ਇਹ ਹੈਗਾ ਇਹਦੇ ਨਾਲ ਦੁਪੱਟਾ, ਇਸ ਤਰ੍ਹਾਂ ਟਾਈ ਡਾਈ ਹੋਇਆ ਵਾਈਟ ਕਲਰ ਦੇ ਵਿੱਚ। ਬਹੁਤ ਸੋਹਣੀ ਕਲੈਕਸ਼ਨ ਆ, ਬਹੁਤ ਦੇਖੋ ਸੇਮ ਡਿਟੋ ਪੀਸ ਆ, ਜਿਵੇਂ ਇਹਦੇ 'ਤੇ ਬਣਿਆ ਹੋਇਆ ਸੇਮ ਤੁਹਾਨੂੰ ਇਹ ਸਾਰਾ ਕੰਸੈਪਟ ਮਿਲੂਗਾ। ਅਤੇ ਇਹਦੇ ਵਿੱਚ 2 ਕਲਰਾਂ ਦੀ ਆਪਸ਼ਨ ਆ, ਸੈਕਿੰਡ ਕਲਰ ਇਹਦੇ ਵਿੱਚ ਹੈਗਾ ਜੀ, ਮਹਿੰਦੀ ਆ ਜਾਂ ਕਲਰ ਆ, ਇਹ ਮਹਿੰਦੀ ਆ, ਯੈਲੋ ਮਹਿੰਦੀ ਆ ਜਾਂ ਸ਼ੇਡ ਆ, ਨਾ ਪ੍ਰੋਪਰ ਇਹ ਯੈਲੋ ਹੀ ਆ ਨਾ ਪ੍ਰੋਪਰ ਮਹਿੰਦੀ ਆ ਜਾ ਵਾ। ਬਹੁਤ ਸੋਹਣਾ, ਇਹਦੇ ਨਾਲ ਵੀ ਸੇਮ ਟਾਈ ਡਾਈ ਦੁਪੱਟਾ ਮਿਲੂਗਾ, ਸੇਮ ਬੋਟਮ ਦੇ ਉੱਪਰ ਵਰਕ ਮਿਲੂਗਾ, ਇਹਦਾ ਸੇਮ ਪੀਸ ਹੈਗਾ ਆਵਾ, ਦੋਨੇ ਕਲਰ ਪੂਰੇ ਸੁਪਰ ਹਿੱਟ ਨੇ, ਜਿਹੜਾ ਮਰਜ਼ੀ ਪੀਸ ਤੁਸੀਂ ਲੈ ਲਓ। ਲਓ ਜੀ, ਇਹ ਸੀਗੀ ਅੱਜ ਦੀ ਮੇਰੀ ਛੋਟੀ ਜਿਹੀ ਵੀਡੀਓ, ਕੰਸੈਪਟ ਮੈਂ ਤੁਹਾਨੂੰ 5 ਹੀ ਦਿਖਾਇਆ, ਪਰ ਕਈ ਸੂਟਾਂ ਦੇ ਵਿੱਚ ਫੁੱਲ ਕੁਆਂਟਿਟੀ ਆਈ ਆ, ਕਈਆਂ ਦੇ ਵਿੱਚ 5-5 7-7 ਪੀਸ ਆਏ ਨੇ, ਅਤੇ ਔਡਰ ਦੇ ਹਿਸਾਬ ਨਾਲ ਜਿੰਨੇ ਪੀਸ ਵੀ ਅਵੇਲੇਬਲ ਹੋਏ ਔਡਰ ਉਨੇ ਲਵਾਂਗੇ ਜੀ। ਸੋ ਫਟਾਫਟ ਆਪਣੇ ਸਕਰੀਨਸ਼ਾਟ ਲੈ ਲਿਓ, ਜਿਹੜੀਆਂ ਵੀ ਭੈਣਾਂ ਨੇ ਸੂਟ ਮੰਗਵਾਉਣੇ ਨੇ, ਅਤੇ ਔਡਰ ਦੇ ਦਿਓ। ਵਟਸਐਪ ਦਾ ਨੰਬਰ ਸਕਰੀਨ 'ਤੇ ਸ਼ੋਅ ਹੋ ਰਿਹਾ, ਇਹਦੇ ਉੱਪਰ ਹੀ ਤੁਸੀਂ ਔਡਰ ਕਰਨੇ ਨੇ, ਸੈਕਿੰਡ ਨੰਬਰ ਦੇ ਉੱਪਰ ਔਡਰ ਨਹੀਂ ਕਰਨੇ। ਜਿਨ੍ਹਾਂ ਭੈਣਾਂ ਕੋਲ ਦੂਸਰਾ ਨੰਬਰ ਆ ਉਹ 'ਤੇ ਔਡਰ ਨਹੀਂ ਕਰਨੇ, ਇਹਦੇ 'ਤੇ ਹੀ ਔਡਰ ਕਰਨੇ ਨੇ। ਅਤੇ ਚਲੋ ਜੀ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੀਂ ਕਲੈਕਸ਼ਨ ਦੇ ਨਾਲ। ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਕੋਰੀਅਰ ਨਾਲ ਦੀ ਨਾਲ ਡਿਸਪੈਚ ਹੋ ਜਾਂਦੇ ਨੇ, ਜ਼ਿਆਦਾ ਡਿਲੇ ਨਹੀਂ ਅਸੀਂ ਕਰਦੇ ਕਿ 2-2 3-3 ਦਿਨ ਸਾਡੇ ਕੋਲ ਹੀ ਪਏ ਰਹਿੰਦੇ ਨੇ ਅਤੇ ਫਿਰ ਅਸੀਂ ਕੋਰੀਅਰ ਕਰਦੇ ਹਾਂ, ਨਹੀਂ ਜੀ। ਹਾਂਜੀ, ਜੇ ਵਿੱਚ ਛੁੱਟੀਆਂ ਆ ਜਾਣ, ਜਿਵੇਂ ਕਿ ਇਸ ਵਾਰ ਸੈਟਰਡੇ ਸੰਡੇ ਮੰਡੇ 3 ਛੁੱਟੀਆਂ ਲਗਾਤਾਰ ਹੋ ਗਈਆਂ ਸੀ, ਉਹਦੇ ਕਰਕੇ ਫਿਰ ਡਿਲੇ ਹੋ ਜਾਂਦੇ ਨੇ, ਪਰ ਸਾਡੇ ਕੋਲੋਂ ਡਿਸਪੈਚ ਟਾਈਮ ਨਾਲ ਹੋ ਜਾਂਦੇ ਨੇ। ਇਸ ਲਈ ਭੈਣੋ ਤੁਸੀਂ ਟੈਨਸ਼ਨ ਨਾ ਲਿਆ ਕਰੋ, ਇੱਕ ਅੱਧਾ ਦਿਨ ਉੱਪਰ ਪਲੱਸ ਮਾਈਨਸ ਕਰਕੇ ਜਦੋਂ ਛੁੱਟੀ ਕੋਈ ਵਿੱਚ ਆਉਂਦੀ ਹੈ ਤਾਂ ਉਹਦਾ ਤੁਸੀਂ ਐਡਜਸਟ ਕਰ ਲਿਆ ਕਰੋ,
ਨਹੀਂ ਤਾਂ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਭੈਣਾਂ ਤੱਕ ਕੋਰੀਅਰ ਹਮੇਸ਼ਾ ਪਹੁੰਚ ਹੀ ਜਾਂਦੇ ਨੇ, ਚਾਹੇ ਫੋਰਨ ਦੀਆਂ ਕੰਟਰੀਆਂ ਦੇ ਵਿੱਚ ਹੋਣ, ਉਹਨਾਂ ਕੋਲ ਵੀ 5ਵੇਂ ਦਿਨ ਕੋਰੀਅਰ ਪਹੁੰਚ ਜਾਂਦਾ ਵਾ, ਆਲਮੋਸਟ ਲੇਟ ਟੂ ਲੇਟ ਵੀ 5ਵੇਂ ਦਿਨ ਕੋਰੀਅਰ ਉਹਨਾਂ ਤੱਕ ਪਹੁੰਚ ਹੀ ਜਾਂਦਾ ਵਾ। ਸੋ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ, ਫਿਰ ਬਹੁਤ ਕਾਲਸ ਆਉਣ ਲੱਗ ਜਾਂਦੀਆਂ ਜਦੋਂ ਮਤਲਬ ਕਿ ਲਗਾਤਾਰ, ਫਿਰ ਇੰਨੀਆਂ ਕਾਲਸ ਮੇਰੇ ਤੋਂ ਅਟੈਂਡ ਨਹੀਂ ਹੁੰਦੀਆਂ। ਮੈਂ ਹਮੇਸ਼ਾ ਹੀ ਭੈਣਾਂ ਨੂੰ ਕਹਿੰਦੀ ਹਾਂ ਵੋਇਸ ਮੈਸੇਜ ਛੱਡ ਦਿਆ ਕਰੋ, ਇੱਕ ਜ਼ਿਆਦਾ ਮਾਰਨਿੰਗ ਦੇ ਵਿੱਚ ਕਾਲ ਨਾ ਕਰਿਆ ਕਰੋ। ਅਤੇ ਚਲੋ ਜੀ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੀਂ ਕਲੈਕਸ਼ਨ ਦੇ ਨਾਲ, ਅਤੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ।